ਮਾਮਾ।
ਚਿੰਤਨ ਦੀ ਗੱਲ ਕਰਦਾ ਹੈ, ਜਿਹੜੇ ਸਾਡੇ ਦੁੱਖਾਂ ਦਰਦਾਂ ਤਕਲੀਫਾਂ ਦੀ ਗੱਲ ਕਰਦਾ ਹੈ, ਔਰ ਦੂਜਾ ਸੱਭਿਆਚਾਰ ਉਹ ਹੈ ਜਿਹੜਾ ਚੋਕਾਂ ਦੀ ਗੱਲ ਕਰਦਾ ਹੈ, ਜਿਹੜਾ ਖਾਸ ਕਰਕੇ ਦੀ ਗੱਲ ਕਰਦਾ ਹੈ। ਜਦੋਂ ਅਸੀਂ ਇਸ ਸਮਝ ਦੀ ਗੱਲ ਕਰਦੇ ਹਾਂ, ਮੈਂ ਇੱਕ ਤਾਂ ਬੜੀ ਬੇਬਾਕੀ ਦਾ ਕਹਿਣਾ ਚਾਹੁੰਦਾ ਕਿ ਬੱਚੇ ਸਾਡੇ ਕੋਲ ਆਉਂਦੇ ਹੈ, ਆਉਂਦੇ ਉਹ ਐਕਟਿੰਗ ਕਰਦੇ ਹੈ, ਐਕਟਿੰਗ ਸਿੱਖਦੇ ਹੈ, ਉਹ ਹੋਰ ਗੱਲਾਂ ਸਿੱਖਦੇ ਹੈ। ਅਸੀਂ ਕੱਲ੍ਹ ਬੜੀ ਸਾਫ਼ ਤੇ ਸਪੱਸ਼ਟ ਕਹਿਣਾ ਚਾਹੁੰਦੇ ਹਾਂ, ਸਾਡੇ ਕੋਲ ਜੇ ਬੱਚੇ ਆਉਂਦੇ ਹੈ ਤਾਂ ਇਸ ਉਮੀਦ ਨਾਲ ਨਹੀਂ ਆਉਂਦੇ, ਜਾਂ ਅਸੀਂ ਇਸ ਉਮੀਦ ਨਾਲ ਨਹੀਂ ਲੈ ਕੇ ਆਉਂਦੇ, ਨਾ ਹੀ ਮਾਪਿਆਂ ਨੂੰ ਇਸ ਉਮੀਦ ਨਾਲ ਭੇਜਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਸ਼ਾਹਰੁਖ ਖਾਨ ਪੈਦਾ ਕਰਾਂਗੇ, ਸਲਮਾਨ ਖਾਨ ਪੈਦਾ ਕਰਾਂਗੇ। ਨਹੀਂ, ਅਸੀਂ ਉਹਨਾਂ ਦੇ ਅੰਦਰ ਉਹ ਚੀਜ਼ ਤਰਾਸਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਉਹਨਾਂ ਦੇ ਅੰਦਰ ਉਹ ਚੀਜ਼ ਭਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸੋਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਖੜੇ ਹੋ ਸਕਣ। ਅੱਜ ਜਦੋਂ ਮੈਂ ਦੋ ਤਰ੍ਹਾਂ ਦੇ ਸੱਭਿਆਚਾਰ ਦੀ ਗੱਲ ਕੀਤੀ ਹੈ, ਇਹਨਾਂ ਬੱਚਿਆਂ ਦੇ ਲਈ ਜਦੋਂ ਇਹ 12 ਦਿਨ ਸਾਡੇ ਕੋਲ ਰਹੇ ਆ, ਔਰ ਅਸੀਂ ਸਾਡਾ ਇੱਕ ਬਕਾਇਦਾ ਰੂਪ ਦੇ ਵਿੱਚ ਸਾਫ਼ ਤੇ ਸਪੱਸ਼ਟ ਮਕਸਦ ਹੈ ਕਿ ਜਦੋਂ ਸਮਾਜ ਦੇ ਵਿੱਚ ਚਾਰੇ ਪਾਸੇ ਐਕਟੀਵਿਟੀ ਹੈ, ਔਰ ਸਿੱਧੇ ਰੂਪ ਦੇ ਵਿੱਚ ਕਲਚਰ ਦੀ ਗੱਲ ਕਰੀਏ, ਮੈਂ ਵੱਡੀਆਂ ਮੋਟੀਆਂ ਮੋਟੀਆਂ ਗੱਲਾਂ ਨਾ ਕਰਾਂ, ਵੱਡੀਆਂ ਵੱਡੀਆਂ ਰਾਜਨੀਤਿਕ ਗੱਲਾਂ ਨਾ ਕਰਾਂ, ਆਪਣੇ ਪਾਸੇ ਰੱਖਣਾ, ਇੱਥੇ ਪਾਸੇ ਰੱਖਾਂ, ਸਾਨੂੰ ਤੀਜੀ ਅੱਖ ਖੋਲ੍ਹਣ ਦੀ ਲੋੜ ਹੈ, ਇਹਨੂੰ ਚਾੜ ਕੇ ਰੱਖਣ ਦੀ ਲੋੜ ਹੈ, ਇਹਨਾਂ ਬੱਚਿਆਂ ਦੇ ਮਨਾਂ ਦੇ ਵਿੱਚ ਸੱਚੀ ਮੁੱਚੀ ਇੱਕ ਚੰਗਾ ਤੇ ਵਧੀਆ ਕਲਚਰ ਪਰੋਸਣ ਦੀ ਲੋੜ ਹੈ, ਆਪਣਾ ਰਾਹਾਂ ਤੇ ਚੱਲ ਕੇ ਇਹਨਾਂ ਬੱਚਿਆਂ ਨੂੰ ਚੰਗੇ ਰਾਹ ਤੇ ਚੱਲਣ ਦੀ ਲੋੜ ਹੈ। ਅਸੀਂ ਆਸ ਬੰਦਾ ਅਸੀਂ ਹਮੇਸ਼ਾ ਇਸ ਆਸ ਨੂੰ ਲੈ ਕੇ ਚੱਲੇ ਹਾਂ ਕਿ ਕਦੇ ਨਾ ਕਦੇ ਜੇ 100 ਬੱਚਾ 50 ਬੱਚਾ ਸਾਡੇ ਕੋਲ ਆਉਂਦਾ ਹੈ, ਜੇ ਉਹਦੇ ਵਿੱਚੋਂ 5 ਬੱਚੇ ਵੀ ਇਹ ਤਹੱਈਆ ਕਰਦੇ ਹਨ, ਉਹਦੇ ਮਾਪੇ ਤਹੱਈਆ ਕਰਦੇ ਹੈ ਕਿ ਅਸੀਂ ਨਾ ਬੱਚਿਆਂ ਨੂੰ ਧੱਕਿਆ ਤੇ ਕਹਿੰਦੇ ਗੀਤਾਂ ਤੋਂ ਦੂਰ ਰੱਖਣਾ ਹੈ, ਹੋਰ ਸਮਾਜਿਕ ਸਰੋਕਾਰਾਂ ਦੇ ਨਾਲ ਜੋੜਨਾ ਹੈ, ਅਸੀਂ ਸਮਝਦੇ ਹਾਂ ਕਾਮਯਾਬ ਹੋਵਾਂਗੇ। ਔਰ ਮੈਂ ਆਪਣੀ ਗੱਲ ਖਤਮ ਕਰਦਾ ਸੁਰਜੀਤ ਪੱਤ ਦੇ ਇਹ ਸ਼ੇਰ ਦੇ ਨਾਲ ਕਿ ਹੋਇਆ ਕੀ ਜੇ ਆਈ ਪੱਤਰ ਹੈ, ਹੋਇਆ ਕੀ ਜੇ ਆਈ ਪੱਤਰ ਹੈ, ਤੂੰ ਅਗਲੀ ਰੁੱਤੇ ਯਕੀਨ ਰੱਖੀ, ਲੱਗੇ ਤੋਂ ਲੱਭ ਕੇ ਲਿਆਉਣਾ ਹਰ ਕਰਨਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਇਹ ਜ਼ਮੀਨ ਸਾਂਭਣ ਦੀ ਲੋੜ ਹੈ, ਫਿਰ ਆਪਣੇ ਆਪ ਪੈਦਾ ਹੋਣਗੇ। ਤੁਹਾਡਾ ਸਾਰੇ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਮਨਾਂ ਦੀ ਅਨਾਜ ਪੈਦਾ ਹੁੰਦਾ ਹੈ, ਜਿਸ ਧਰਤੀ ਦੇ ਉੱਤੇ ਇੰਨੀਆਂ ਰੁੱਤਾਂ ਨੇ, ਇੰਨੀਆਂ ਫਸਲਾਂ ਨੇ ਕਿ ਵਿਦੇਸ਼ਾਂ ਦੀਆਂ ਧਰਤੀਆਂ 'ਤੇ 6-6 ਮਹੀਨੇ ਬਰਖਾ ਪਈਆਂ ਰਹਿੰਦੀਆਂ ਨੇ, ਉੱਥੇ ਇੱਕੋ ਹੀ ਫਸਲ ਹੁੰਦੀ ਹੈ, ਉੱਥੇ ਤੇਲ ਖਣਿਜ ਨਹੀਂ ਨਿਕਲਦੇ। ਸਾਡੀ ਧਰਤੀ 'ਤੇ ਤੇਲ ਖਣਿਜ ਕਾਪਰ ਇਸ ਦੇ ਪਹਾੜ ਬੇਅੰਤ ਧਾਤਾਂ ਨਾਲ ਭਰੇ ਪਏ ਨੇ। ਆਹ ਪੰਜਾਬ ਦੀ ਧਰਤੀ ਜਿੱਥੇ ਹਿਮਾਲਿਆ ਪਰਬਤ ਤੋਂ ਸ਼ੁੱਧ ਪਾਣੀ ਆਉਂਦਾ ਹੈ, ਆਹ ਪੰਜਾਬ ਦੀ ਧਰਤੀ ਜਿੱਥੇ ਦਰਿਆ ਵਗਦੇ ਨੇ, ਜਿੱਥੇ ਇਹਦੀਆਂ ਫਸਲਾਂ, ਜਿੱਥੇ ਦਾ ਪਾਣੀ ਅੰਮ੍ਰਿਤ ਵਰਗਾ ਪਾਣੀ ਆਖਿਆ ਜਾਂਦਾ ਸੀਗਾ, ਫਿਰ ਪੰਜਾਬ ਦੀ ਧਰਤੀ ਜਿੱਥੇ ਇਸ ਤਰ੍ਹਾਂ ਦੀਆਂ ਨਿਆਮਤਾਂ ਕੁਦਰਤ ਨੇ ਬਖਸ਼ੀਆਂ ਹੋਈਆਂ ਨੇ, ਇਹ ਪੰਜਾਬ ਦੀ ਧਰਤੀ ਜਿੱਥੇ ਸੂਰਬੀਰ ਯੋਧੇ ਪੈਦਾ ਹੋਏ ਨੇ, ਆਹ ਪੰਜਾਬ ਦੀ ਧਰਤੀ ਜਿੱਥੇ ਗੁਰੂ ਪੈਦਾ ਹੋਏ ਨੇ, ਜਿੱਥੇ ਗੁਰੂਆਂ ਦੇ ਚਰਨਾਂ ਦੀ ਸ਼ੋਭ ਇਸ ਦਾ ਕੋਈ ਵੀ ਕੌਮ ਕਰ ਨਹੀਂ ਸਕੀ, ਫਿਰ ਪੰਜਾਬ ਦੀ ਧਰਤੀ ਦੇ ਪੁੱਤ ਖੁਦਕੁਸ਼ੀਆਂ ਦੇ ਰਾਹ 'ਤੇ ਕਿਵੇਂ ਪੈ ਗਏ, ਫਿਰ ਇਸ ਪੰਜਾਬ ਦੀ ਧਰਤੀ ਦੇ ਪੁੱਤ ਨਸ਼ੇੜੀ ਕਿਵੇਂ ਬਣ ਗਏ। ਹਰ 8 ਘੰਟਿਆਂ ਬਾਅਦ ਪੰਜਾਬ ਦਾ 20 ਤੋਂ 30 ਸਾਲਾਂ ਦਾ ਗੱਭਰੂ ਨੌਜਵਾਨ ਪੁੱਤ ਆਪਣੇ ਬਾਪੂ ਦੇ ਮੋਢਿਆਂ 'ਤੇ ਸੇਵਿਆਂ ਵੱਲ ਨੂੰ ਕਿਉਂ ਚਲਾ ਗਿਆ। ਹਰ 24 ਘੰਟਿਆਂ ਦੇ ਵਿੱਚ, ਹਰ 30 ਘੰਟੇ ਦੇ ਵਿੱਚ ਇੱਕ ਕਿਸਾਨ ਖੁਦਕੁਸ਼ੀ ਕਿਉਂ ਕਰਨ ਲੱਗ ਪਿਆ? ਇਹ ਸਵਾਲ ਬਣ ਗਏ ਹੈ। ਇਸ ਇਹ ਧਰਤੀ ਤਾਂ ਸੋਨਾ ਉਗਲਦੀ ਹੈ, ਇਹ ਧਰਤੀ ਤਾਂ ਫਸਲਾਂ ਨਾਲ ਕੁਦਰਤ ਨਾਲ ਮਾਲੋ ਮਾਲ ਹੈ, ਇਸ ਧਰਤੀ ਦੇ ਲੋਕ ਤਾਂ
ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨੇ, ਇਸ ਧਰਤੀ ਦੇ ਲੋਕ ਤਾਂ ਦੁੱਲੇ ਭੱਟੀ ਵਰਗੇ ਨੇ, ਇਸ ਧਰਤੀ ਦੇ ਲੋਕ ਤਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਗਦਰੀ ਬਾਬਿਆਂ ਵਰਗੇ ਨੇ, ਫਿਰ ਵੀ ਇਸ ਧਰਤੀ 'ਤੇ ਇੰਨਾ ਮਾੜਾ ਹਾਲ ਕਿਉਂ ਹੈ ਕਿ ਇਸ ਧਰਤੀ 'ਤੇ ਜਾਏ, ਇਸ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਵੱਲ ਨੂੰ ਜਾਣਾ ਚਾਹੁੰਦੇ ਨੇ? ਕਿਉਂ ਜਾਣਾ ਚਾਹੁੰਦੇ ਨੇ? ਇਸ ਧਰਤੀ ਦੇ ਦੋ ਲੋਕ ਬੁਰੇ ਨੇ, ਇਸ ਧਰਤੀ 'ਤੇ ਸਾਰਾ ਕੁਝ ਚੰਗਾ ਹੈ, ਪਰ ਇਸ ਧਰਤੀ 'ਤੇ ਦੋ ਲੋਕ ਬੁਰੇ ਨੇ। ਦੋ ਲੋਕ ਬੁਰੇ ਨੇ, ਇੱਕ ਤਾਂ ਇਸ ਧਰਤੀ ਦੇ ਨੇਤਾ ਬੁਰੇ ਨੇ। ਸਾਡੀ ਧਰਤੀ ਦੇ ਡਾਕਟਰ, ਇੰਜੀਨੀਅਰ ਵਿਦੇਸ਼ਾਂ ਵਿੱਚ ਜਾ ਕੇ ਧਾਮ ਪਾ ਦਿੰਦੇ ਨੇ, ਉਹਨਾਂ ਦੇ ਨਾਮ ਦਾ ਸਿੱਕਾ ਚੱਲਦਾ ਵਾ। ਸਾਡੀ ਧਰਤੀ ਦੇ ਖਿਡਾਰੀ, ਸਾਡੀ ਧਰਤੀ ਦੇ ਵਪਾਰੀ ਉਧਰਲੀਆਂ ਧਰਤੀਆਂ 'ਤੇ ਜਾ ਕੇ ਕਾਮਯਾਬ ਬਿਜ਼ਨਸ ਕਰ ਰਹੇ ਨੇ, ਕਾਮਯਾਬ ਮੱਲਾ ਮਾਰ ਰਹੇ ਨੇ, ਪਰ ਇਸ ਧਰਤੀ 'ਤੇ ਦੋ ਲੋਕ ਉੱਧਰ ਜਾ ਕੇ ਕਾਮਯਾਬ ਨਹੀਂ, ਅਤੇ ਨਾ ਹੀ ਉਹ ਇਹਨਾਂ ਲੋਕਾਂ ਨੂੰ ਸੱਦਣਾ ਚਾਹੁੰਦੇ। ਇੱਕ ਨੇਤਾ ਅਤੇ ਦੂਜੇ ਬਿਊਰੋਕਰੈਟ ਜਿਹੜੇ ਇਸ ਧਰਤੀ ਨੂੰ ਘੁਣ ਵਾਂਗ ਸਿਉਂਕ ਵਾਂਗ ਚੁਬੜੇ ਹੋਏ ਨੇ, ਇਹਨਾਂ ਤੋਂ ਇਸ ਧਰਤੀ ਨੂੰ ਬਚਾਉਣ ਦਾ ਸਵਾਲ ਹੈ।
ਕਰਦਾ ਜੀ ਮੈਂ ਭੂਕਣਾ ਸਭ ਕੇ ਮਾਰੋ ਤੇ ਪੁੱਤਰੇ ਨਹੀਂ ਜਿਹੜਾ ਤੂੰ ਸਿਆਣਾ ਮੰਨ ਛੋਟੇ ਨੂੰ ਆਪਣੇ ਨਾਲ ਪਾੜ ਵੱਡਾ ਪੁੱਤਾ ਮਾਸਟਰ ਕਹਿੰਦੇ ਹੱਥੇ ਨਿਕਲ ਗਿਆ ਤਾਂ ਕੋਲੇ ਪਹੁੰਚਦਾ ਹੁਣ ਅੱਕਲ ਕਰ ਤੇ ਆਪਣੀ ਧੀ ਨੂੰ ਸਕੂਲ ਲੈ ਕੇ ਜਾ ਕਰ ਉਹ ਕਰ ਤੇਰਾ ਨਾਲ ਅਸ਼ਰ ਮੈਂ ਤਾਂ ਭੇਜਿਆ
ਇਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ Thank you.